ਸ਼ਸ਼ਤਰਕਾਲ ਜੀ ਸਾਹਿਤ ਵਿਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਮਨ ਕੋਲੀ ਤੇ ਆਉਂ ਨਜ਼ਰ ਮਾਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਕੈਪਟਨ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਨਾਲ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਜਾਇਜ਼ਾ ਲਿਆ ਇਸ ਮੌਕੇ ਕੈਪਟਨ ਨੇ ਉਨ੍ਹਾਂ ਨੂੰ ਪੰਜਾਬ ਅੰਦਰ NHAI ਦੇ ਸਾਰੇ ਪ੍ਰੋਜੈਕਟਾਂ ਨੂੰ ਜਲਦ ਖਤਮ ਕਰਨ ਦੀ ਬੇਨਤੀ ਵੀ ਕੀਤੀ ਉਨ੍ਹਾਂ ਪ੍ਰੋਸਾ ਦਿਵਾਇਆ ਹੈ ਕਿ ਸੂਬਾ ਸਰਕਾਰ ਸਮੇਂ ਸਿਰ ਜ਼ਮੀਨ ਐਕਵਾਇਰ ਕਰਨ ਚ ਮਦਦ ਕਰੇਗੀ ਅਤੇ ਨਾਲ ਹੀ ਇਸ ਐਕਸਪ੍ਰੈਸ ਵੇ ਨੂੰ ਆਉਣ ਵਾਲੇ ਹਲਵਾਰਾ ਹਵਾਈ ਅੱਡੇ ਨਾਲ ਜੋੜਨ ਤੇ ਕੰਮ ਕਰੇਗੀ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸਣੇ ਕਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਇਕਾਂਤ ਵਾਸ हिमाचल प्रदेश ਦੇ Shimla ਚ DGP ਸਨੇ ਪੁਲਿਸ ਹੈੱਡਕੁਆਟਰ ਦੇ ਕਰੀਬ 30 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਕਾਂਤ ਵਾਸ ਕਰ ਦਿੱਤਾ ਗਿਆ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਪੁਲਿਸ ਹੈੱਡਕੁਆਟਰ ਨੂੰ ਵੀ ਸੀਲ ਕਰ ਦਿੱਤਾ ਗਿਆ ਅਤੇ ਉਸ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਦੱਸਣਯੋਗ ਹੈ ਕਿ ਬੀਤੀ 1 ਜੂਨ ਨੂੰ ਇੱਕ ਵਿਅਕਤੀ ਪੁਲਿਸ ਹੈੱਡਕੁਆਟਰ ਚ ਆਇਆ ਸੀ ਅਤੇ 9 ਜੂਨ ਨੂੰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਇਸ ਨੂੰ ਧਿਆਨ ਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਕੇजरीवाल ਦੀ ਕੋਵਿਡ-19 ਰਿਪੋਰਟ ਨੈਗੇਟਿਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੰਗਲਵਾਰ ਸਵੇਰੇ ਕਰੋਨਾ ਵਾਇਰਸ ਇਨਫੈਕਸ਼ਨ ਦਾ ਟੈਸਟ ਕੀਤਾ ਗਿਆ ਉਹਨਾਂ ਦੀ ਸ਼ਾਮ ਨੂੰ ਆਈ ਜਾਂਚ ਰਿਪੋਰਟ 'ਚ ਕਰੋਨਾ ਦੀ ਪੁਸ਼ਟੀ ਨਹੀਂ ਹੋਈ ਇਸ ਤੋਂ ਬਾਅਦ ਦਿੱਲੀ ਸਰਕਾਰ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਤਮਾਮ ਚਾਹਣ ਵਾਲਿਆਂ ਨੇ ਰਾਹਤ ਦਾ ਸਾਹ ਲਿਆ ਜ਼ਿਕਰਯੋਗ ਹੈ ਕਿ ਅਸਲ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਚਾਨਕ ਤਬੀਅਤ ਵਿਗੜ ਗਈ ਕੇਜਰੀਵਾਲ ਨੇ ਹਲਕਾ ਬੁਖਾਰ ਤੇ ਗਲੇਚ ਖਰਾਸ਼ ਦੀ ਸ਼ਿਕਾਇਤ ਕੀਤੀ ਇਸ ਦੇ ਨਾਲ ਉਹਨਾਂ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਅਰਵਿੰਦ ਕੇਜਰੀਵਾਲ ਨੇ ਖੁਦ ਨੂੰ ਆਈਸੋਲੇਟ ਕੀਤਾ ਹੋਇਆ ਜਾਵੇਬ ਇਕਬਾਲ ਵਾਨੀ ਹੋਏ ਹਾਈ ਕੋਰਟ ਦੇ ਜੱਜ ਨਿਪ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਸ਼ਮੀਰ ਦੇ ਸੀਨੀਅਰ ਐਡਵੋਕੇਟ 자ਵਦ ਇਕਬਾਲ ਵਾਨੀ ਨੂੰ ਜੰਮੂ ਕਸ਼ਮੀਰ ਤੇ ਲਦਾਖ ਸੂਬੇ ਦੇ ਜੁਆਇੰਟ ਹਾਈ ਕੋਰਟ ਚ ਜੱਜ ਨਿਯੁਕਤ ਕੀਤਾ ਹੈ ਇਕਬਾਲ ਵਾਨੀ ਸੀਨੀਅਰ ਵਕਵਾਦੀਆਂ ਚ ਸ਼ੂਮਾਰ ਕਸ਼ਮੀਰ 바ਰ ਐਸੋਸੀਏਸ਼ਨ ਦੇ ਚੇਅਰਮੈਨ ਮੀਆਂ ਕਿਉਂ ਦੇ ਦਮਾਦ ਹਨ 자ਵਦ ਇਕਬਾਲ ਦੀ ਜੰਮੂ ਕਸ਼ਮੀਰ ਹਾਈ ਕੋਰਟ ਚ ਨਿਯੁਕਤੀ ਦਾ ਆਦੇਸ਼ ਰਾਸ਼ਟਰਪਤੀ ਵੱਲੋਂ ਕੇਂਦਰੀ ਕਾਨੂੰਨ ਤੇ ਨਿਯਮ ਮੰਤਰਾਲੇ ਦੇ ਮੰਗਲਵਾਰ ਨੂੰ ਜਾਰੀ ਕੀਤਾ ਇਸ ਚੁੱਕਿਆ ਗਿਆ ਹੈ ਕਿ Javed Iqbal ਦੀ ਨਿਯੁਕਤੀ ਉਸੇ ਦਿਨ ਤੋਂ ਲਾਗੂ ਮੰਨੀ ਜਾਵੇ ਜਿਸ ਦਿਨ ਉਹ ਕਾਰਜਕਾਲ ਸੰਭਾਲਣਗੇ ਬੀਤੇ ਸਾਲਾਂ ਚ ਜੰਮੂ ਕਸ਼ਮੀਰ ਹਾਈ ਕੋਰਟ ਚ ਕਿਸੇ ਕਸ਼ਮੀਰੀ ਮੁਸਲਿਮ ਨੂੰ ਜੱਜ ਨਿਯੁਕਤ ਕਰਨ ਦਾ ਇਹ ਪਹਿਲਾ ਮਾਮਲਾ ਹੈ ਇਸ ਤੋਂ ਪਹਿਲਾਂ ਜਸਟਿਸ ਅਲੀ ਮੁਹੰਮਦ ਮਾਗਰੇ ਨੂੰ ਸਾਲ 2003 ਵਿੱਚ ਹਾਈ ਕੋਰਟ ਚ ਜੱਜ ਬਣਾਇਆ ਗਿਆ ਸੀ ਕਈ ਵਿਭਾਗਾਂ ਦੇ ਅਧਿਕਾਰੀ ਕਰੋਨਾ ਪੋਜ਼ੀਟਿਵ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕਈ ਅਧਿਕਾਰੀਆਂ ਦੇ ਸਕਾਰਾਤਮਕ ਟੈਸਟਿੰਗ ਤੋਂ ਬਾਅਦ ਭਾਰਤ ਸਰਕਾਰ ਨੇ ਕਰੋਨਾ ਵਾਇਰਸ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੇਂਦਰ ਸਰਕਾਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਾਰੀ ਨਿਰਦੇਸ਼ਾਂ ਚ ਕਿਹਾ ਗਿਆ ਹੈ ਕਿ ਜੇ ਕਿਸੇ ਮੁਲਾਜ਼ਮ ਚ ਕਰੋਨਾ ਦੇ ਲੱਛਣ ਦਿਖਾਈ ਨਹੀਂ ਦੇਣਗੇ ਉਹ ਦਫ਼ਤਰ ਚ ਪ੍ਰਵੇਸ਼ ਕਰ ਸਕਦੇ ਹਨ ਜੇ ਕਿਸੇ ਮੁਲਾਜ਼ਮ ਨੂੰ ਹਲਕਾ ਬੁਖਾਰ ਖਾਂਸੀ ਜਾਂ ਜ਼ੁਕਾਮ ਵਰਗੇ ਲੱਛਣ ਹੰਤਾ ਉਹਨਾਂ ਨੂੰ ਆਪਣੇ ਘਰਾਂ ਛੀ ਰਹਿਣਾ ਹੋਵੇਗਾ ਨਾਲ ਹੀ ਕਿਹਾ ਗਿਆ ਹੈ ਕਿ ਇੱਕ ਸਮੇਂ ਚ ਦਫ਼ਤਰ ਦੇ ਅੰਦਰ ਸਿਰਫ 20 ਲੋਕ ਹੋਣੇ ਚਾਹੀਦੇ ਹਨ ਬਾਕੀ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜਿਸ ਕੱਤਰ ਤੇ ਡਿਪਟੀ ਸਕੱਤਰ ਕੈਬਨ ਸਾਂਝਾ ਕਰਦੇ ਹਨ ਤਾਂ ਉਹਨਾਂ ਨੂੰ ਵੱਖ-ਵੱਖ ਦਿਨ ਆਉਣਾ ਹੋਵੇਗਾ 2014 ਤੋਂ ਬਾਅਦ ਬੰਗਾਲ ਲਈ 100 ਤੋਂ ਜ਼ਿਆਦਾ ਭਾਸ਼ਾ ਵਰਕਰਾਂ ਨੇ ਬਲੀਦਾਨ ਦਿੱਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਨੇ ਵਰਚੁਅਲ ਰੈਲੀ ਦੇ ਮਾਧਿਅਮ ਰਾਹੀਂ ਪੱਛਮੀ ਬੰਗਾਲ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ 2014 ਤੋਂ ਸੁਨਾਰ ਬੰਗਾਲ ਦੇ ਨਿਰਮਾਣ ਲਈ 100 ਤੋਂ ਜ਼ਿਆਦਾ ਭਾਜਪਾ ਵਰਕਰਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਪੱਛਮੀ ਬੰਗਾਲ 'ਚ ਮੌਜੂਦਾ ਬਦਲਾਅ ਲਿਆਉਣ ਲਈ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਮਗਰੋਂ ਉਨ੍ਹਾਂ ਦੇ ਬਲੀਦਾਨ ਨੂੰ ਸਵਰਨ ਅਕਰਾਜ ਅੰਕਿਤ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਜਾਨਾਂ ਗੁਆਣ ਵਾਲੇ ਲੋਕਾਂ ਨੂੰ ਸ਼ਰਦਾਂਝਲੀ ਦਿੱਤੀ ਜ਼ਿਕਰਯੋਗ ਹੈ ਕਿ ਪਾਰਟੀ ਦੇ ਸੂਬਾ ਇਕਾਈ ਨੇ ਅਮਿਤ ਸ਼ਾਹ ਦੀ ਰੈਲੀ ਲਈ ਨੌ ਸੂਤਰੀ এজেন্ডਾ ਤਿਆਰ ਕੀਤਾ ਹੈ ਅਮਿਤ ਸ਼ਾਹ ਦਾ ਮੁੱਖ ਫੋਕਸ ਨਰਿੰਦਰ ਮੋਦੀ ਸਰਕਾਰ 2.0 ਦੀਆਂ ਉਪਲਬਧੀਆਂ ਤੇ ਰਹੇਗਾ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਦੇ ਲਗਭਗ 75000 ਬੂਥਾਂ ਚੋਂ ਘੱਟੋ-ਘੱਟ 65000 ਬੂਥਾਂ ਨੂੰ ਇਸ ਦੀ ਲਾਈਵ ਸਟ੍ਰੀਮਿੰਗ ਨਾਲ ਜੋੜਨ ਚ ਸਮਰੱਥ ਰਹਿਣਗੇ ਭਾਜਪਾ ਆਗੂ ਦਾ ਕਹਿਣਾ ਹੈ ਕਿ ਸਾਡੇ ਵਰਕਰਸ ਨੂੰ ਸਾਡੇ ਔਨਲਾਈਨ ਕਨੈਕਟ ਰਾਹੀਂ ਪਰਿਵਾਰਾਂ ਨੂੰ ਅਮਿਤ ਸ਼ਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸੁੱਬੇ ਦੇ ਕਈ ਇਲਾਕਿਆਂ 'ਚ ਹੁਣ ਵੀ ਜ਼ੀਰੋ ਜਾਂ ਬਹੁਤ ਹੀ ਖਰਾਬ ਇੰਟਰਨੈਟ ਕਨੈਕਟੀਵਿਟੀ ਹੈ ਇਹਨਾਂ ਇਲਾਕਿਆਂ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਗ੍ਰਹਿ ਮੰਤਰੀ ਦੇ ਸੰਬੋਧਨ ਨੂੰ ਆਡੀਓ ਦੇ ਮਾਧਿਅਮ ਰਾਹੀਂ ਸੁਣ ਸਕਣ ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਐਤਵਾਰ ਨੂੰ ਬਿਹਾਰ ਜਨ ਸੰਵਾਦ ਰੈਲੀ ਨੂੰ ਸੰਬੋਧਿਤ ਕੀਤਾ ਸੀ। ਉਹਨਾਂ ਨੇ ਸੋਮਵਾਰ ਨੂੰ ਉੜੀਸਾ ਜਨ ਸੰਵਾਦ ਰੈਲੀ ਨੂੰ ਵੀ ਸੰਬੋਧਿਤ ਕੀਤਾ। ਪਾਰਟੀ ਨੇ ਸੂਬੇ ਦੇ 294 ਵਿਧਾਨ ਸਭਾ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਤੱਕ ਪਹੁੰਚਣ ਲਈ ਲਾਈਵ ਸਟ੍ਰੀਮਿੰਗ ਲਈ ਪਾਜਪਾ ਦੇ ਫੇਸਬੁੱਕ ਤੇ YouTube ਪੇਜ ਨੂੰ ਚੁਣਿਆ ਹੈ। ਗਰਭਵਤੀਆਂ ਦੇ ਇਲਾਜ ਤੋਂ ਨਾਂ ਦਾ ਲਿਆ ਨੋਟਿਸ ਕੌਮੀ ਮਹਿਲਾ ਕਮਿਸ਼ਨ ਮੁਖੀ ਰੇਖਾ ਸ਼ਰਮਾਦ ਨੇ ਕੋਵਿਡ-19 ਮਹਾਮਾਰੀ ਦੌਰਾਨ ਗਰਭਵਤੀਆਂ ਦੇ ਇਲਾਜ ਤੋਂ ਕਥਿਤ ਨਾਂ ਦੇ ਮਾਮਲਿਆਂ ਤੇ ਨੋਟਿਸ ਲੈਂਦੇ ਆ ਸਿਹਤ ਮੰਤਰੀ ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਸਿਹਤ ਮੰਤਰੀ ਨੂੰ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦੇ ਆ ਉਚਿਤ ਨਿਰਦੇਸ਼ ਦੇਣ ਦੀ ਮੰਗ ਕੀਤੀ। ਐਨਸੀਡਬਲੋ ਮੰਗਲਵਾਰ ਨੂੰ ਜਾਰੀ ਬਿਆਨ ਅਨੁਸਾਰ ਰੇਖਾ ਸ਼ਰਮਾ ਨੇ ਚਿੱਠੀ 'ਚ ਕਿਹਾ ਹੈ ਕਿ ਅਜੇਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਗਰਭਵਤੀਆਂ ਲਈ ਐਂਬੂਲੈਂਸ ਦੀ ਉਪਲਬਧਤਾ ਨਾ ਹੋਣ ਤੇ ਹਸਪਤਾਲਾਂ ਚ ਦਾਖਲ ਕਰਨ ਤੋਂ ਨਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਮਾਮਲਿਆਂ ਚ ਤਾਂ ਗਰਭਧੀਆਂ ਤੇ ਨਵਜੰਮਿਆਂ ਦੀ ਮੌਤ ਤੱਕ ਹੋ ਗਈ ਹੈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਸ ਮਹੱਤਵਪੂਰਨ ਸਮੇਂ ਚ ਹਸਪਤਾਲਾਂ ਤੇ ਅਥਾਰਟੀਆਂ ਦੀ ਲਾਪਰਵਾਹੀ ਤੇ ਨੋਟਿਸ ਲਿਆ ਜਾਣਾ ਚਾਹੀਦਾ ਹੈ ਬਿਆਨ ਕੀਤਾ ਗਿਆ ਕਿ ਕਮਿਸ਼ਨ ਮੁਖੀ ਪਹਿਲਾਂ ਹੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿੱਠੀ ਲਿਖ ਕੇ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਸੰਸਥਾਗਤ ਜਨੇਪਾ ਪ੍ਰਣਾਲੀ ਦੇ ਪ੍ਰੋਗਰਾਮਾਂ ਤੇ ਯੋਜਨਾਵਾਂ ਨੂੰ ਲਾਗੂ ਕਰਨ ਦੀ ਅਪੀਲ ਕਰ ਚੁੱਕੀ ਹੈ ਸਾਬਕਾ ਕੇਂਦਰੀ ਮੰਤਰੀ ਅਰਜੁਨ ਸੇਠੀ ਦਾ ਦੇਹਾਂਤ ਸਾਬਕਾ ਕੇਂਦਰੀ ਮੰਤਰੀ ਅਰਜੁਨ ਸੇਠੀ ਦਾ ਸੋਮਵਾਰ ਰਾਤ ਕਰੀਬ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਬ੍ਰੇਨ ਸਟ੍ਰੋਕ ਹੋਣ ਦੇ ਨਾਲ 79 ਸਾਲਾਂ ਅਰਜੁਨ ਸੇਠੀ ਨੂੰ ਭੁବਨੇਸ਼ਵਰ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਹ ਜਾਣਕਾਰੀ ਅਰਜੁਨ ਸੇਠੀ ਦੇ ਪੁੱਤਰ ਅਭਿਮਨਿਉ ਸੇਠੀ ਨੇ ਦਿੱਤੀ ਹੈ ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਅਲੰਗ ਵਿੱਚ ਕਰ ਦਿੱਤਾ ਗਿਆ ਹੈ ਸੇਠੀ ਭਦਕ ਲੋਕ ਸਭਾ ਸੀਟ ਤੋਂ 8 ਵਾਰ ਚੁਣੇ ਗਏ ਸਨ ਲੋਕ ਸਭਾ ਵਿੱਚ ਉਹ বিজেਤ ਸੰਸਦੀ ਦਲ ਦੇ ਆਗੂ ਵੀ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਵਿੱਚ ਉਹ ਕੇਂਦਰੀ ਜਲ ਸਾਧਨ ਮੰਤਰੀ ਸਨ ਉਹ ਦੋ ਵਾਰ ਓਡੀਸ਼ਾ ਵਿਧਾਨ ਸਭਾ ਲਈ ਵੀ ਚੁਣੇ ਗਏ ਸਨ 2019 ਚ ਟਿਕਟ ਨਾ ਮਿਲਣ ਕਰਕੇ ਉਹ বিজেਤ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਾਹਿਤ ਵੈਬ ਟੀਵੀ